ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਗੁਰਵਿੰਦਰ ਪੀਡੀ ਚੈਨਲ। ਕਾਫੀ ਬੱਚੇ ਮੈਸੇਜ ਕਰਦੇ ਪਏ ਸੀ ਵੀ ਇੱਕ ਵੀਡੀਓ ਜਿਹੜੀ ਆ ਉਹ ਰੀਟੇਲ ਲੈਕਚਰ ਤੇ ਲੈ ਕੇ ਆਓ, ਹਾਊ ਟੂ ਇੰਪਰੂਵ ਰੀਟੇਲ, ਕਿਵੇਂ ਰੀਟੇਲ ਨੂੰ ਇੰਪਰੂਵ ਕਰ ਸਕਦੇ ਆ, ਬੈਸਟ ਵੀਡੀਓ ਹੋਵੇ ਵੀ ਕਿਵੇਂ ਡਿਜ਼ਾਇਰ ਸਕੋਰਿੰਗ ਅਸੀਂ ਆਪਣੇ ਐਗਜ਼ਾਮ ਦੇ ਵਿੱਚੋਂ ਲੈ ਕੇ ਆ ਸਕਦੇ ਹਾਂ। ਸੋ ਕੁਛ ਕੁ ਮੈਥਡ ਤੁਹਾਨੂੰ ਅੱਜ ਰੀਟੇਲ ਲੈਕਚਰ ਨੂੰ ਇੰਪਰੂਵ ਕਰਨ ਤੇ ਦੱਸੂਗਾ ਵੀ ਜੋ ਐਗਜ਼ਾਮ ਦੇ ਵਿੱਚ ਤੁਸੀਂ ਬੈਸਟ ਸਕੋਰਿੰਗ ਲੈ ਕੇ ਆ ਸਕਦੇ ਆ। ਸਭ ਤੋਂ ਪਹਿਲੀ ਚੀਜ਼ ਇਹ ਆ, ਰੀਟੇਲ ਲੈਕਚਰ ਦੋ ਚੀਜ਼ਾਂ ਨੂੰ ਸਕੋਰਿੰਗ ਦਿੰਦਾ ਵਾ, ਥੋੜੀ ਸਪੀਕਿੰਗ ਨੂੰ ਐਂਡ ਤੁਹਾਡੀ ਲਿਸਨਿੰਗ ਨੂੰ। ਕੰਟੈਂਟ ਦੇ ਮਾਰਕਸ ਜਿਹੜੇ ਹੁੰਦੇ ਆ ਉਹ ਤੁਹਾਡੇ ਲਿਸਨਿੰਗ 'ਚ ਜਾਂਦੇ ਆ, ਫਲੋ ਐਂਡ ਪ੍ਰੋਨੰਸੀਏਸ਼ਨ ਦੇ ਤੁਹਾਡੀ ਸਪੀਕਿੰਗ ਦੇ ਵਿੱਚ ਰਹਿੰਦੇ ਆ। ਇੱਕ ਰੀਟੇਲ ਲੈਕਚਰ 15 ਮਾਰਕਸ ਦਾ ਹੁੰਦਾ, 5 ਕੰਟੈਂਟ, 5 ਫਲੋ, 5 ਪ੍ਰੋਨੰਸੀਏਸ਼ਨ। ਐਗਜ਼ਾਮ 'ਚ ਕਿੰਨੇ ਆ ਸਕਦੇ ਆ? ਇੱਕ ਵੀ ਆ ਸਕਦਾ, ਦੋ ਵੀ ਆ ਸਕਦੇ ਆ ਨਾ, ਇਸ ਤੋਂ ਜ਼ਿਆਦਾ, ਇਸ ਤੋਂ ਘੱਟ ਨਹੀਂ ਆਉਂਦੇ ਰੀਟੇਲ ਲੈਕਚਰ ਐਗਜ਼ਾਮ ਦੇ ਵਿੱਚ। ਹੁਣ ਰੀਟੇਲ ਦੇ ਵਿੱਚ ਕਿੰਨੇ ਸੈਕਿੰਡਸ ਦੀ ਰਿਕਾਰਡਿੰਗ ਸਾਨੂੰ ਐਗਜ਼ਾਮ 'ਚ ਫੇਸ ਕਰਨੀ ਪੈ ਸਕਦੀ ਆ? ਰੀਟੇਲ ਲੈਕਚਰ ਦੇ ਵਿੱਚ 25 ਸੈਕਿੰਡਸ ਤੋਂ ਲੈ ਕੇ 50 ਸੈਕਿੰਡਸ ਤੱਕ ਤੁਹਾਨੂੰ ਐਗਜ਼ਾਮ ਦੇ ਵਿੱਚ ਰਿਕਾਰਡਿੰਗ ਦੇਖਣ ਨੂੰ ਮਿਲ ਸਕਦੀ ਆ। ਬਹੁਤ ਰੇਅਰ ਚਾਂਸ ਆ ਕਿਸੇ ਬੱਚੇ ਨੂੰ 1 ਮਿੰਟ ਹੀ ਉਸ ਤੋਂ ਪਲੱਸ ਦੀ ਰਿਕਾਰਡਿੰਗ ਐਗਜ਼ਾਮ ਦੇ ਵਿੱਚ ਆਵੇ, ਨਹੀਂ ਤਾਂ ਅਦਰਵਾਈਜ਼ ਮੋਸਟਲੀ ਬੱਚਿਆਂ ਨੂੰ ਰਿਕਾਰਡਿੰਗ ਜਿਹੜੀ ਹੁੰਦੀ ਆ 25 ਸੈਕਿੰਡਸ ਤੋਂ ਲੈ ਕੇ 50 ਸੈਕਿੰਡਸ ਦੇ ਅੰਦਰ ਅੰਦਰ ਹੀ ਆਉਂਦੀ ਆ। ਹੁਣ ਕਾਫੀ ਬੱਚੇ ਕਹਿੰਦੇ ਆ ਕੀ ਚੱਕੀ ਹੈ, ਕੀ ਵਰਡਸ, ਪੇਅਰਸ ਔਰ ਫਰੇਜ਼ ਜੋ ਤੁਹਾਨੂੰ ਐਗਜ਼ਾਮ 'ਚੋਂ ਡਿਜ਼ਾਇਰ ਸਕੋਰਿੰਗ ਦਵਾ ਦੇ। ਹੁਣ ਇੱਕ ਮੈਂ ਤੁਹਾਨੂੰ ਸਿੰਪਲ ਚੀਜ਼ ਦੱਸ ਦਿੰਦਾ, ਮੋਸਟਲੀ ਬੱਚੇ ਕਹਿੰਦੇ ਵੀ ਅਸੀਂ ਫਰੇਜ਼ ਚੱਕਦੇ ਹਾਂ, ਪੇਅਰਸ ਚੱਕਦੇ ਹਾਂ ਕਲਾਸ ਦੇ ਵਿੱਚ। ਜੋ ਆਪਾਂ ਕਲਾਸ 'ਚ ਪ੍ਰੈਕਟਿਸ ਕਰਦੇ ਹਾਂ ਨਾ, ਉੱਥੇ ਆਪਣੇ ਕੋਲ ਰਿਕਾਰਡਿੰਗਸ ਹੁੰਦੀਆਂ ਨੇ 1 ਮਿੰਟ ਤੋਂ ਪਲੱਸ ਦੀਆਂ, ਜਿੱਥੇ ਆਪਣੀਆਂ ਫਰੇਜ਼ ਚੱਕਣੀਆਂ, ਆਪਾਂ ਨੂੰ ਪੇਅਰਸ ਚੱਕਣੇ ਟੂ ਮੱਚ ਈਜ਼ੀ ਹੁੰਦੇ ਆ। ਬਟ ਐਗਜ਼ਾਮ 'ਚ ਜਦੋਂ ਰਿਕਾਰਡਿੰਗ ਆ ਜਾਂਦੀ 50 ਸੈਕਿੰਡਸ ਤੋਂ ਘੱਟ, ਤਾਂ ਉੱਥੋਂ ਆਪਾਂ ਕਹਿੰਦੇ ਵੀ ਫਰੇਜ਼ ਪਿੱਕ ਕਰੀਏ, ਬਹੁਤ ਡਿਫੀਕਲਟ ਟਾਸਕ ਹੋ ਜਾਂਦਾ। ਸੋ ਹਰ ਇੱਕ ਬੱਚੇ ਨੂੰ ਮੈਂ ਚੀਜ਼ ਰਿਕਮੈਂਡ ਕਰੂੰਗਾ ਵੀ ਕੀਵਰਡਸ ਨੂੰ ਆਪਣੀ ਫਸਟ ਪ੍ਰਾਇਓਰਿਟੀ ਬਣਾ ਕੇ ਚੱਲੋ, ਵੀ 20 ਕੀਵਰਡਸ ਇੱਕ ਟਾਰਗੇਟ ਰੱਖੋ ਵੀ ਰੀਟੇਲ ਦੇ ਵਿੱਚ 50 ਸੈਕਿੰਡਸ ਦੇ ਰਿਕਾਰਡਿੰਗ ਦੇ ਅੰਦਰ ਸਾਡੇ ਕੋਲ 20 ਕੀਵਰਡਸ ਹੋਣੇ ਚਾਹੀਦੇ ਆ ਜੋ ਤੁਸੀਂ ਐਗਜ਼ਾਮ ਦੇ ਵਿੱਚ ਵਧੀਆ ਸਕੋਰ ਲੈ ਕੇ ਆਉਂਗੇ। ਜੇ 20 ਕੀਵਰਡਸ ਤੁਹਾਡੇ ਕੋਲ ਹਨ ਤਾਂ ਬਹੁਤ ਵਧੀਆ ਸਕੋਰਿੰਗ ਤੁਹਾਡੇ ਰੀਟੇਲ ਲੈਕਚਰ ਦੇ ਵਿੱਚ ਆਉਣ ਵਾਲੀ ਆ। ਤੇ ਰੀਟੇਲ ਲੈਕਚਰ ਦੇ ਵਿੱਚ ਐਕਸੈਂਟ ਆਉਂਦਾ ਕਿ ਨਹੀਂ ਆਉਂਦਾ, ਬਹੁਤ ਰੇਅਰ ਚਾਂਸ ਆ ਕਿ ਰੀਟੇਲ ਲੈਕਚਰ ਦੇ ਵਿੱਚ ਤੁਹਾਨੂੰ ਐਕਸੈਂਟ ਦੇਖਣ ਨੂੰ ਮਿਲੇ, ਅਦਰਵਾਈਜ਼ ਰੀਟੇਲ ਲੈਕਚਰ ਦੇ ਵਿੱਚ ਐਕਸੈਂਟ ਬਿਲਕੁਲ ਵੀ ਨਹੀਂ ਆਉਂਦਾ ਹੈਗਾ। ਕਿੰਨੀ ਸਪੀਡ ਤੋਂ ਆਪਾਂ ਨੂੰ ਰੀਟੇਲ ਲੈਕਚਰ ਦੀ ਜਿਹੜੀ ਪ੍ਰੈਕਟਿਸ ਆ ਉਹ ਕਰਨੀ ਚਾਹੀਦੀ ਆ? 1.2 ਦੀ ਸਪੀਡ ਤੋਂ ਰੀਟੇਲ ਲੈਕਚਰ ਦੀ ਪ੍ਰੈਕਟਿਸ ਹੋਣੀ ਚਾਹੀਦੀ ਆ। ਬਹੁਤ ਦੇਖਦੇ ਆ ਬੱਚੇ ਕਹਿੰਦੇ ਵੀ 1.5 ਦੀ ਸਪੀਡ ਤੋਂ ਕਰਦੇ ਪਏ ਆ ਸਰ, ਆ ਸਪੀਡ ਤੋਂ ਕਰਦੇ ਪਏ ਆ। 1.2 ਇੱਕ ਹੱਦ ਆ, ਉਸ ਤੋਂ ਵੱਧ ਸਪੀਡ ਤੁਹਾਨੂੰ ਐਗਜ਼ਾਮ 'ਚ ਰੀਟੇਲ ਲੈਕਚਰ ਦੇ ਵਿੱਚ ਦੇਖਣ ਨੂੰ ਨਹੀਂ ਮਿਲੂਗੀ। ਇੱਕ ਜਿਹੜੇ ਬੱਚੇ ਕਹਿੰਦੇ ਨਾ ਵੀ ਕਿੰਨੇ ਟਾਈਮ ਤੱਕ ਰੀਟੇਲ ਲੈਕਚਰ ਬੋਲੀਏ, 30 ਸੈਕਿੰਡਸ ਇੱਕ ਟਾਰਗੇਟ ਰੱਖੋ, 30 ਸੈਕਿੰਡਸ ਤੋਂ ਘੱਟ ਰੀਟੇਲ ਲੈਕਚਰ ਨਾ ਬੋਲਿਆ ਕਰੋ। ਮੈਂ ਅਕਸਰ ਕਲਾਸ ਦੇ ਵਿੱਚ ਵੀ ਇਹ ਗੱਲ ਕਰਦਾ ਹੁੰਦਾ, ਜਿਹੜੇ ਬੱਚੇ ਰੀਟੇਲ ਲੈਕਚਰ ਦੀ ਰਿਕਾਰਡਿੰਗ ਸ਼ਾਰਟ ਰੱਖਦੇ ਹਨ, ਸ਼ਾਰਟ ਰੱਖਦੇ 25 ਸੈਕਿੰਡਸ, 20 ਸੈਕਿੰਡਸ, 22 ਸੈਕਿੰਡਸ, ਅਕਸਰ ਉਹਨਾਂ ਦੇ ਐਗਜ਼ਾਮ ਦੇ ਵਿੱਚ ਸਕੋਰਿੰਗ ਤੇ ਪਤਾ ਲੱਗਦਾ ਵੀ ਹਾਂ ਵੀ ਇਹਨਾਂ ਦੀ ਚੀਜ਼ ਖਰਾਬ ਹੋਈ ਵੀ ਆ। ਰੀਟੇਲ ਦੀ ਰਿਕਾਰਡਿੰਗ ਨੀਅਰ ਅਬਾਊਟ 30 ਸੈਕਿੰਡਸ ਜਾਂ ਉਸ ਤੋਂ ਪਲੱਸ ਰੱਖਿਆ ਕਰੋ, 30 ਤੋਂ ਜਿੰਨੀ ਮਰਜ਼ੀ ਪਲੱਸ ਹੋ ਜਾਏ, 35, 40 ਭਲਾ ਪੂਰੇ ਪੂਰੇ ਸੈਕਿੰਡਸ ਤੇ ਕਰੋ, ਪਰ 30 ਸੈਕਿੰਡਸ ਤੋਂ ਰਿਕਾਰਡਿੰਗ ਨੂੰ ਘੱਟ ਨਾ ਰੱਖੋ, ਇਹ ਚੀਜ਼ ਨੂੰ ਧਿਆਨ 'ਚ ਰੱਖੋ। ਨੀਅਰ ਅਬਾਊਟ 30 ਸੈਕਿੰਡਸ ਦੀ ਰੀਟੇਲ ਲੈਕਚਰ ਦੀ ਰਿਕਾਰਡਿੰਗ ਹੋਣੀ ਚਾਹੀਦੀ ਆ। ਇੱਕ ਨਾ ਬਹੁਤ ਬੱਚੇ ਪੂਰਾ ਪੂਰਾ ਕੰਟੈਂਟ ਲਿਖਣਾ ਸ਼ੁਰੂ ਕਰ ਦੇਣਗੇ, ਹੁਣ ਕੋਈ ਸਪੀਕਰ ਤੁਹਾਨੂੰ ਕੁਝ ਬੋਲ ਕੇ ਜਾਂਦਾ ਪਿਆ ਵਾ, ਪੂਰਾ ਕੰਟੈਂਟ ਲਿਖਣ ਲੱਗ ਪੈਣਗੇ, ਉਹਨੇ ਬੋਲਿਆ ਮੈਸੇਜ, ਪੂਰਾ ਮੈਸੇਜ ਲਿਖਣਗੇ ਲਿਖ ਕੇ, ਕੋਈ ਫੁੱਲ ਫਾਰਮ ਨਾ ਲਿਖਿਆ ਕਰੋ। ਜਿੰਨੀ ਸ਼ਾਰਟ ਫਾਰਮ ਯੂਜ਼ ਕਰੋਗੇ ਨਾ ਉਨਾ ਵਧੀਆ ਤੇ ਉਨਾ ਜ਼ਿਆਦਾ ਕੰਟੈਂਟ ਪਿਕ ਕਰੋਗੇ। ਉਹਨੇ ਬੋਲਿਆ ਮੈਸੇਜ MSG, ਸਬਸਕ੍ਰਾਈਬ SUB, ਜਲਦੀ ਜਲਦੀ ਲਿਖਿਆ ਕਰੋ ਕਾਪੀ ਤੇ, ਤੇ ਸ਼ਾਰਟ ਫਾਰਮਸ ਨੂੰ ਲਿਖਣਾ ਕਾਪੀ ਤੇ ਸਟਾਰਟ ਕਰਿਆ ਕਰੋ। ਜਿੰਨਾ ਤੁਸੀਂ ਫੁੱਲ ਫਾਰਮਸ ਨੂੰ ਕਾਪੀ ਤੇ ਲਿਖੋਗੇ ਨਾ ਉਨਾ ਜ਼ਿਆਦਾ ਐਗਜ਼ਾਮ 'ਚ ਸਕੋਰਿੰਗ ਘੱਟ ਆਉਣ ਦੇ ਚਾਂਸਸ ਹੋ ਜਾਂਦੇ ਆ। ਸੋ ਕੋਸ਼ਿਸ਼ ਇਹ ਚੀਜ਼ ਦੀ ਕਰਿਆ ਕਰੋ ਵੀ ਜ਼ਿਆਦਾ ਤੋਂ ਜ਼ਿਆਦਾ ਕਾਪੀ ਤੇ ਸ਼ਾਰਟ ਫਾਰਮਸ ਹੀ ਲਿਖੋ, ਕਿਉਂਕਿ ਪੜ੍ਹਨੀਆਂ ਤੇ ਲਿਖਣੀਆਂ ਸ਼ਾਰਟ ਫਾਰਮਸ ਸਭ ਤੋਂ ਜ਼ਿਆਦਾ ਸੌਖੀਆਂ ਨੇ। ਤੇ ਐਗਜ਼ਾਮ ਦੇ ਵਿੱਚ ਨਾ ਆਪਾਂ ਕਾਪੀ ਪੈਨ ਦੇ ਕਲਾਸ 'ਚ ਲਿਖਦੇ ਪਏ ਹਾਂ, ਕਲਾਸ 'ਚ ਕਾਪੀ ਪੈਨ ਤੇ ਲਿਖਦੇ ਪਏ ਹਾਂ, ਐਗਜ਼ਾਮ ਦੇ ਵਿੱਚ ਆਪਾਂ ਨੂੰ ਇੱਕ ਟ੍ਰਾਂਸਪੇਰੈਂਟ ਸ਼ੀਟ ਮਿਲੂਗੀ, ਆਪਾਂ ਨੂੰ ਇੱਕ ਮਾਰਕਰ ਮਿਲੂਗਾ, ਠੀਕ ਆ ਜੀ। ਉਹ ਮਾਰਕਰ ਜਿਹੜਾ ਹੁੰਦਾ ਵਾ ਉਹ ਪਰਮਾਨੈਂਟਲੀ ਨਹੀਂ ਹੁੰਦਾ, ਟੈਂਪਰੇਰੀ ਹੁੰਦਾ ਵਾ, ਤੇ ਉਹ ਜਦੋਂ ਆਪਾਂ ਲਿਖਦੇ ਪਏ ਹੁੰਦੇ ਆ ਜਿਹਦੇ ਹੱਥ ਤੋਂ ਵੱਜੇ ਉਹ ਮਿਟ ਵੀ ਜਾਂਦਾ ਵਾ। ਸੋ ਐਗਜ਼ਾਮ ਦੇ ਵਿੱਚ ਇੱਕ ਟ੍ਰਾਂਸਪੇਰੈਂਟ ਸ਼ੀਟ ਮਾਰਕਰ ਨਾਲ ਲਿਖਣਾ, ਇੱਕ ਤਾਂ ਵੈਸੇ ਸਪੀਡ ਆਪਣੀ ਸਲੋ ਹੋ ਜਾਂਦੀ ਆ, ਮਿਟ ਨਾ ਜਾਵੇ ਕਿ ਹੱਥ ਵੱਜ ਕੇ, ਵੈਸੇ ਸਪੀਡ ਆਪਾਂ ਧਿਆਨ ਨਾਲ ਲਿਖਦੇ ਆ। ਜੇ ਆਪਾਂ ਕਲਾਸ 'ਚ ਜਿੰਨੇ ਸਪੈਲਿੰਗ ਚੱਕਦੇ ਪਏ ਨਾ, ਜਿੰਨੇ ਕੀਵਰਡ ਚੱਕਦੇ ਪਏ ਆ, ਐਗਜ਼ਾਮ 'ਚ ਜਾ ਕੇ 2-4 ਕੀਵਰਡ ਘੱਟ ਹੀ ਚੱਕੇ ਜਾਂਦੇ, ਚੀਜ਼ ਨੂੰ ਧਿਆਨ 'ਚ ਰੱਖਿਓ। ਸੋ ਕੰਟੈਂਟ ਜ਼ਿਆਦਾ ਚੱਕਣ ਦੀ ਪ੍ਰੈਕਟਿਸ ਆਪਣੇ ਕੋਲ ਹੋਣੀ ਚਾਹੀਦੀ ਆ। ਤੇ ਰੀਟੇਲ ਲੈਕਚਰ ਵੱਧ ਤੋਂ ਵੱਧ ਕਰੋ ਜਿਹੜੀ ਮਰਜ਼ੀ ਐਪ ਤੋਂ, ਪਰ ਟਾਰਗੇਟ ਚੀਜ਼ ਦਾ ਰੱਖੋ ਵੀ 25 ਤੋਂ ਲੈ ਕੇ 50 ਸੈਕਿੰਡਸ ਤੋਂ ਜ਼ਿਆਦਾ ਆਡੀਓ ਨਾ ਸੁਣੋ, 20 ਕੀਵਰਡਸ ਦਾ ਟਾਰਗੇਟ ਰੱਖੋ। ਤੇ ਜਦੋਂ ਰੀਟੇਲ ਲੈਕਚਰ ਨੂੰ ਪਰਫਾਰਮ ਕਰਨਾ ਵਾ, ਚਾਹੇ ਤੁਸੀਂ ਫਰੋਮ ਦਾ ਲੈਕਚਰ ਆਈਕਨ ਹੇਅਰ ਵਾਲਾ ਟੈਬਲੇਟ ਯੂਜ਼ ਕਰਦੇ ਹੋ ਸਹੀ ਆ, ਚਾਹੇ ਤੁਸੀਂ ਹੀ ਟੋਲਡ ਅਬਾਊਟ ਵਾਲਾ ਟੈਬਲੇਟ ਯੂਜ਼ ਕਰਦੇ ਹੋ ਉਹ ਵੀ ਸਹੀ ਆ, ਇੱਕ ਲਾਈਨ ਦੇ ਪਿੱਛੇ 3 ਤੋਂ 4 ਕੀਵਰਡਸ ਨੂੰ ਜ਼ਰੂਰ ਐਡ ਕਰੋ। 3-4 ਕੀਵਰਡਸ ਤੁਹਾਡੇ ਇੱਕ ਲਾਈਨ ਦੇ ਵਿੱਚ ਹੋਣੇ ਹੀ ਚਾਹੀਦੇ ਆ। ਫੋਰ ਐਗਜ਼ਾਮਪਲ, ਫਰੋਮ ਦਾ ਲੈਕਚਰ ਆਈਕਨ ਹੇਅਰ ਗਵਰਨਮੈਂਟ ਪਾਪੂਲੇਸ਼ਨ ਮਜੋਰਟੀ ਸਿਕਿਉਰਿਟੀ, 3-4 ਕੀਵਰਡਸ ਇੱਕ ਲਾਈਨ ਦੇ ਵਿੱਚ ਐਡ ਕਰੋ।
ਪੌਜ਼ ਲਓ ਫਿਰ ਅਗਲੀ ਲਾਈਨ ਨੂੰ ਸਟਾਰਟ ਕਰੋ ਕਿਉਂਕਿ ਪੌਜ਼ਸ ਇੱਕ ਤੁਹਾਡੇ ਫਲੋ ਵਾਸਤੇ ਬਹੁਤ ਵਧੀਆ ਚੀਜ਼ ਆ। ਇਹਨਾਂ ਚੀਜ਼ਾਂ ਨੂੰ ਯੂਜ਼ ਕਰੋਗੇ ਡੈਫੀਨੇਟਲੀ ਤੁਸੀਂ ਆਪਦੇ ਰਿਟੇਲ ਲੈਕਚਰ ਦੇ ਵਿੱਚੋਂ ਬਹੁਤ ਸੋਹਣੀ ਸਕੋਰਿੰਗ ਆਪਣੇ ਐਗਜ਼ਾਮ ਦੇ ਵਿੱਚੋਂ ਲੈ ਕੇ ਆਉਂਗੇ। ਜਿਹੜੇ ਬੱਚੇ ਦੇ ਫਲੋ ਪ੍ਰੈਜੈਂਟੇਸ਼ਨ 'ਚ ਸਕੋਰ ਰਿਟੇਲ ਦੇ ਵਿੱਚੋਂ ਆਉਂਦੇ ਨਹੀਂ ਪਏਗੇ, ਪੌਜ਼ਸ ਤੁਹਾਡੀ ਪਹਿਲੀ ਪ੍ਰਾਇਓਰਟੀ ਹੋਣੀ ਚਾਹੀਦੀ ਆ। ਲਾਈਨ ਬੋਲੀ, ਕੰਟੈਂਟ ਐਡ ਕੀਤਾ, ਪੌਜ਼, ਫਿਰ ਅਗਲੀ ਲਾਈਨ। ਲਾਈਨ ਬੋਲੀ, ਕੰਟੈਂਟ ਐਡ ਕੀਤਾ, ਪੌਜ਼, ਫਿਰ ਅਗਲੀ ਲਾਈਨ। ਉਹ ਚੀਜ਼ ਤੁਹਾਡੇ ਫਲੈਂਸੀ ਐਂਡ ਪ੍ਰੈਜੈਂਟੇਸ਼ਨ ਨੂੰ ਟੌਪ ਤੇ ਪਹੁੰਚਾ ਦੂਗੀ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਜੇ ਵੀਡੀਓ ਵਧੀਆ ਲੱਗੀ ਲਾਈਕ ਕਰਕੇ ਦੋਸਤ ਮਿੱਤਰਾਂ ਦੇ ਵਿੱਚ ਦੱਬ ਕੇ ਸ਼ੇਅਰ ਕਰ ਦਿਓ ਜਿਹਨਾਂ ਨੂੰ ਪ੍ਰੋਬਲਮ ਆਉਂਦੀ ਵੀ ਰਿਟੇਲ ਲੈਕਚਰ ਦੇ ਵਿੱਚ, ਤੇ ਦੇਖਣ ਵਾਸਤੇ ਵੀਡੀਓਜ਼ ਗੁਰਵਿੰਦਰ ਪੀਟੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬੈਲ ਆਨ ਕਰ ਲਓ। ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਦਾ ਨੰਬਰ ਮੈਂਸ਼ਨ ਕੀਤਾ ਹੋਇਆ ਵਾ, ਵਟਸਐਪ ਤੇ ਕਾਲ ਮੈਸੇਜ ਕਰਕੇ ਆਨਲਾਈਨ ਕਲਾਸਿਸ ਤੁਸੀਂ ਜੁਆਇਨ ਕਰ ਸਕਦੇ ਹੋ। ਤੇ ਜਿਹੜੇ ਬੱਚੇ ਵੀ ਡੇਲੀ ਡੇਲੀ ਲਾਈਵ ਦੇਖਣਾ ਚਾਹੁੰਦੇ ਆ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਡੇਲੀ 3 PM ਲਾਈਵ ਫ੍ਰੀ ਆਫ ਕਾਸਟ ਆਉਂਦੇ ਪਏ ਆ, ਤੁਸੀਂ ਉਹਨਾਂ ਨੂੰ ਵੀ ਦੇਖ ਕੇ ਆਪਣੀ ਰਿਕੁਆਇਰਮੈਂਟ ਨੂੰ ਕੰਪਲੀਟ ਕਰ ਸਕਦੇ ਹੋ। ਮਿਲਦੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ ਸਾਰਿਆਂ।